ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ, ਮੈਂ ਨਿਹਾਲ ਸਿੰਘ ਵਾਲੇ ਦੀ ਰਹਿਣ ਵਾਲੀ ਹਾਂ। ਮੇਰੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ, ਮੈਂ ਬਹੁਤ ਡਾਕਟਰਾਂ ਨੂੰ ਮਿਲੀ ਹਾਂ, ਮੈਂ ਮੈਡੀਸਨ ਵੀ ਬਹੁਤ ਖਾਧੀ, ਮੈਨੂੰ ਕੋਈ ਫਰਕ ਨਹੀਂ ਪਿਆ ਗਾ। ਫਿਰ ਜਦੋਂ ਮੈਂ ਸਕੈਨ ਕਰਾਈ, ਜਦੋਂ ਸਕੈਨ ਕਰਾਈ ਹੈ ਮੈਂ ਫਿਰ ਮੇਰੇ ਪਿੱਤੇ 'ਚ ਪੱਥਰੀਆਂ ਆਈਆਂ। ਜਦੋਂ ਮੈਨੂੰ ਪਤਾ ਲੱਗਿਆ ਮੇਰੇ ਪਿੱਤੇ 'ਚ ਪੱਥਰੀਆਂ, ਅਤੇ ਮੈਂ ਆਪਣੀ ਸਿਸਟਰ ਨਾਲ ਗੱਲ ਕੀਤੀ। ਜਦੋਂ ਮੈਂ ਸਿਸਟਰ ਨਾਲ ਗੱਲ ਕੀਤੀ ਆਪਦੀ ਨਾਲ, ਉਹ ਕਹਿੰਦੀ ਵੀ ਮੋਗੇ ਡਾਕਟਰ ਬਹੁਤ ਵਧੀਆ, ਅੰਮ੍ਰਿਤ ਸੂਤ ਡਾਕਟਰ। ਜਦੋਂ ਅਸੀਂ ਉਹਨਾਂ ਨੂੰ ਮਿਲੇ, ਮੇਰੀ ਸਿਸਟਰ ਦਾ ਵੀ ਆਪਰੇਸ਼ਨ ਉਹਨਾਂ ਨੇ ਕੀਤਾ ਸੀਗਾ, ਮੇਰੀ ਸਿਸਟਰ ਦੇ ਜ਼ਿਆਦਾ ਪ੍ਰੋਬਲਮ ਸੀ, ਉਹ ਵੀ ਬਹੁਤ ਜ਼ਿਆਦਾ ਡਰਦੇ ਸੀਗੇ। ਜਦੋਂ ਉਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਉਹ ਡਾਕਟਰ ਨੂੰ ਇੱਕ ਵਾਰੀ ਜ਼ਰੂਰ ਮਿਲੋ, ਜਦੋਂ ਅਸੀਂ ਡਾਕਟਰ ਨੂੰ ਮਿਲੇ, ਮੈਨੂੰ ਬਹੁਤ ਵਧੀਆ ਡਾਕਟਰ ਲੱਗੇ। ਜਦੋਂ ਉਹਨਾਂ ਨੇ ਮੈਨੂੰ ਕਿਹਾ ਤੁਹਾਡਾ ਆਪਰੇਸ਼ਨ ਹੋਣਾ ਗਾ ਪਿੱਤੇ ਦਾ, ਜਦੋਂ ਮੇਰੇ ਉਹਨਾਂ ਨੇ ਆਪਰੇਸ਼ਨ ਕੀਤਾ, ਮੈਨੂੰ ਬਿਲਕੁਲ ਨਹੀਂ ਪਤਾ ਲੱਗਿਆ ਜਦੋਂ ਉਹਨਾਂ ਨੇ ਮੇਰਾ ਆਪਰੇਸ਼ਨ ਕੀਤਾ ਗਾ। ਅਤੇ ਦੂਜੇ ਦਿਨ ਜਦੋਂ ਉਹਨਾਂ ਨੇ ਕਿਹਾ ਵੀ ਤੁਹਾਨੂੰ ਛੁੱਟੀ ਮਿਲਣੀ ਆ, ਮੈਂ ਬਹੁਤ ਖੁਸ਼ ਹਾਂ, ਮੇਰਾ ਆਪਰੇਸ਼ਨ ਦਾ ਬਿਲਕੁਲ ਨਹੀਂ ਮੈਨੂੰ ਪਤਾ ਲੱਗਿਆ ਗਾ। ਅਤੇ ਦੂਜੇ ਦਿਨ ਛੁੱਟੀ ਦੇ ਤੀ ਮੈਨੂੰ, ਉਹਨਾਂ ਦਾ ਸਟਾਫ ਵੀ ਮੈਨੂੰ ਬਹੁਤ ਗੁੱਡ ਲੱਗਿਆ, ਬਹੁਤ ਜ਼ਿਆਦਾ ਕੇਅਰ ਕਰਦੇ ਸੀ। ਮੇਰਾ ਉਹਨਾਂ ਭੈਣ ਭਰਾਵਾਂ ਨੂੰ ਇੱਕ ਛੋਟਾ ਜਿਹਾ ਮੈਸੇਜ ਆ, ਆਪਾਂ ਨੂੰ ਜਿਨ੍ਹਾਂ ਨੂੰ ਪੇਟ ਦੀ ਪ੍ਰੋਬਲਮ ਆ, ਕਿ ਆਪਾਂ ਪੇਟ ਦੀ ਪ੍ਰੋਬਲਮ, ਆਪਾਂ ਡਾਕਟਰਾਂ ਦੇ ਜਾਂਦੇ ਹਾਂ, ਕੋਈ ਲੁਧਿਆਣੇ ਜਾਵੜਦੇ ਹਾਂ, ਆਪਾਂ ਵੱਡੀਆਂ ਵੱਡੀਆਂ ਬਿਲਡਿੰਗਾਂ ਵੇਖਦੇ ਹਾਂ, ਪਰ ਉੱਥੇ ਡਾਕਟਰ ਵਧੀਆ ਨਹੀਂ ਮਿਲਦੇ। ਕਿਉਂਕਿ ਆਪਾਂ ਜੇ ਵੇਖੀਏ ਆਪਣੇ ਇੱਕ ਛੋਟਾ ਜਿਹਾ ਸ਼ਹਿਰ ਆ ਮੋਗੇ, ਇੱਥੇ ਆ ਕੇ ਡਾਕਟਰ ਨੂੰ ਮਿਲੋ, ਅੰਮ੍ਰਿਤ ਸੂਦ ਡਾਕਟਰ ਆ, ਉਹਨਾਂ ਨੂੰ ਆ ਕੇ ਪੁੱਛੋ, ਵੀ ਉਹ ਬਹੁਤ ਵਧੀਆ ਡਾਕਟਰ ਆ, ਉਹਨਾਂ ਨੂੰ ਜ਼ਰੂਰ ਇੱਕ ਵਾਰੀ ਮਿਲੋ ਤੁਸੀਂ। ਬਹੁਤ ਧੰਨਵਾਦ।